ਤੇ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਵਿਚਾਰ ਵਟਾਂਦਰਾ ਅਸੀਂ ਜਾਰੀ ਰੱਖਿਆ ਹੋਇਆ। ਅੱਜ ਸਮੱਸਿਆਵਾਂ ਜਿਹੜੀਆਂ NRI ਭਰਾਵਾਂ ਨੂੰ ਆ ਰਹੀ ਹੈ ਬਾਹਰ ਦੇ ਮੁਲਕ ਦੇ ਵਿੱਚ ਰਹਿ ਕੇ, ਯਾਨੀ ਕਿ ਤੁਸੀਂ ਯੂਰੋਪ ਦੇ ਵਿੱਚ ਵੱਸਦੇ ਹੋ, UK ਦੇ ਵਿੱਚ ਵੱਸਦੇ ਹੋ, ਕਨਵੈਨਸ਼ਨ ਹੋਣ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ, ਲੇਕਿਨ ਇੱਥੇ ਗੱਲ ਅਸੀਂ ਕਰ ਰਹੇ ਸੀਗੇ ਕਿ ਕਈ ਸਾਡੇ NRI ਭਰਾ ਨੇ ਜਿਨ੍ਹਾਂ ਦੀ ਜ਼ਮੀਨ ਜਿਹੜੀ ਆ ਉਹ ਪੰਜਾਬ ਦੇ ਵਿੱਚ ਹੈ ਜਾਂ ਫਿਰ ਭਾਰਤ ਦੇ ਕਿਸੇ ਹੋਰ ਸੂਬੇ ਦੇ ਵਿੱਚ ਹੈ, ਉੱਥੇ ਕਈ ਜ਼ਮੀਨਾਂ ਦੇ ਉੱਤੇ ਕਬਜ਼ਾ ਹੋ ਗਿਆ, ਖੁਦ ਉਹਨਾਂ ਦੇ ਆਪ ਦੇ ਰਿਸ਼ਤੇਦਾਰਾਂ ਨੇ ਕਰ ਲਿਆ, ਜਾਂ ਫਿਰ ਤੁਸੀਂ ਅਗਰ ਉੱਥੇ ਇਨਵੈਸਟਮੈਂਟ ਕੀਤੀ ਤਾਂ ਤੁਹਾਡਾ ਪੈਸਾ ਜਿਹੜਾ ਉਹ ਰਿਟਰਨ ਨਹੀਂ ਹੋਇਆ, ਧੋਖਾਧੜੀ ਤੁਹਾਡੇ ਨਾਲ ਹੋ ਗਈ, ਫਰੋਡ ਹੋ ਗਈ, ਹੋਰ ਕਿਹੜੇ ਕਿਹੜੇ ਮਸਲੇ ਤੁਹਾਡੇ ਨਾਲ ਹੋਏ ਨੇ ਉਹਨਾਂ ਦੇ ਉੱਤੇ ਅੱਜ ਅਸੀਂ ਵਿਚਾਰ ਕਰ ਰਹੇ ਹਾਂ। ਅਸੀਂ ਧਾਰਮਿਕ ਮਸਲਾ, ਸਮਾਜਿਕ ਮਸਲੇ ਔਰ ਸਿਆਸੀ ਮਸਲੇ ਕਈ ਵਾਰ ਲੈ ਕੇ ਆ ਚੁੱਕੇ, ਲੇਕਿਨ ਅੱਜ ਸਾਡੀ ਟੀਮ ਨੇ ਇਹ ਸੋਚਿਆ ਕਿ ਕਿਉਂ ਨਹੀਂ ਅਸੀਂ ਅੱਜ NRI ਭਰਾਵਾਂ ਦੇ ਮਸਲਿਆਂ ਨੂੰ ਚੱਕੀਏ, ਤਾਂ ਕਿ ਇਸ ਰਿਕਾਰਡਿੰਗ ਨੂੰ ਅਸੀਂ ਭੇਜ ਸਕੀਏ ਉਹਨਾਂ ਨੂੰ, ਔਰ ਕੋਸ਼ਿਸ਼ ਕਰੀਏ ਕਿ ਜਿਹੜੇ NRI ਭਰਾ ਅੱਜ UK ਯੂਰੋਪ ਦੇ ਵਿੱਚ ਵੱਸ ਕੇ ਭਾਰਤ ਨਹੀਂ ਜਾ ਸਕਦੇ, ਉਹਨਾਂ ਦੀ ਕਿਹੜੀ ਕਿਹੜੀ ਸਮੱਸਿਆ ਹੋਣ, ਤਾਂ ਕਿ ਤੁਸੀਂ ਸਾਨੂੰ ਮੇਲ ਵੀ ਕਰ ਦਿਓ, ਔਨ ਰਿਕਾਰਡ ਤੁਸੀਂ ਸਾਨੂੰ ਦੱਸ ਵੀ ਦਿਓ, ਤਾਂ ਕਿ ਕੋਸ਼ਿਸ਼ ਅਸੀਂ ਕਰੀਏ ਕਿ ਕਿਤੇ ਨਾ ਕਿਤੇ ਜਿਹੜੀ ਇੱਕ ਫੀਡਬੈਕ ਉਹਨਾਂ ਨੂੰ ਪਹੁੰਚ ਸਕੇ ਕਿ ਤੁਸੀਂ ਇਨਵੈਸਟਮੈਂਟ ਤਾਂ ਕਰਾਉਣਾ ਚਾਹੁੰਦੇ ਹੋ, ਪਹਿਲੇ NRI ਭਰਾਵਾਂ ਨੂੰ ਸੁਣ ਲਓ ਕਿ ਉਹਨਾਂ ਦੀ ਆਖਿਰਕਾਰ ਕੀ ਸਮੱਸਿਆਵਾਂ ਹਨ। ਮੇਰੇ ਨਾਲ ਕਾਫੀ ਸਾਰੇ ਕਾਲਰ ਸਿਸਟਮ ਜੁੜੇ ਹੋਏ ਨੇ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਇਸ ਬਾਰੇ ਆਪਣੇ ਕੀ ਵਿਚਾਰ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਹਰਕ੍ਰਿਤ ਸਿੰਘ। ਸਤਿ ਸ਼੍ਰੀ ਅਕਾਲ ਹਰਭਜਨ ਸਿੰਘ ਜੀ, ਕੀ ਹਾਲ ਹੈ ਤੁਹਾਡਾ? ਸ਼ਰਮਾ ਜੀ, ਹਾਂਜੀ, ਨਮਸਕਾਰ ਜੀ। ਸ਼ਰਮਾ ਆਲਸੋ, ਸਤਿ ਸ਼੍ਰੀ ਅਕਾਲ ਜੀ। ਜੀ ਜੀ ਜੀ, ਹਰਕ੍ਰਿਤ ਸਿੰਘ ਦੇਖੋ, ਮੈਂ ਗੱਲ ਬਹੁਤ ਦਫਾ ਕਹੀ ਆ ਔਰ ਮੇਰੇ ਮਨ ਤੇ ਕਈ ਦਫਾ ਇਹ ਚੀਜ਼ ਬੜੀ ਹੈਵੀਲੀ ਮੈਨੂੰ ਇਹਨੇ ਬੋਦਰ ਕੀਤਾ ਜੀ, ਕਿ ਅਸੀਂ ਜਾਣੀ ਇੰਡੀਆ ਦਾ ਬੈਸਟ ਡਾਇਸਪੋਰਾ ਜਿਹੜਾ ਹੈ ਨਾ, ਸਭ ਤੋਂ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਬਾਹਰ ਵੱਸਦਾ ਜੀ, ਹਾਂਜੀ ਜੀ ਜੀ, ਔਰ ਕਾਫੀ ਖੁਸ਼ਹਾਲ ਹੈ। ਇਹ ਵੀ ਨਹੀਂ ਕਿ ਮਤਲਬ ਵੀ ਅਸੀਂ ਭੁੱਖੇ ਮਰਦੇ ਇੱਥੇ, ਹੈ ਨਾ ਜੀ। ਹਰ ਇੱਕ ਮਤਲਬ ਆਰਡਨਰੀ ਆਰਮੀ ਕੋ ਆਪਣਾ ਘਰ ਹੈ, ਬੱਚੇ ਠੀਕ ਹੈ, ਯੂਨੋ, ਖਾਸ ਕਰ ਜਿਹੜੇ ਪੁਰਾਣੇ ਲੋਕ ਹੈ, ਬੜੇ ਇਸਟੈਬਲਿਸ਼ ਲੋਕ ਨੇ, ਬਿਜ਼ਨਸ ਬੜੇ ਅੱਛੇ ਨੇ, ਯਾਨੀ ਮੈਂ ਕਹਿੰਦਾ ਤੁਸੀਂ ਯਾਨੀ ਪੈਸਾ ਕਈ ਲੋਕਾਂ ਕੋਲ ਪਾਣੀ ਦੀ ਤਰ੍ਹਾਂ ਪੈਸਾ ਹੈਗਾ। ਹਾਂਜੀ ਜੀ, ਅਗਰ ਮੈਂ ਇਹ ਕਹਿੰਦਾ ਕਿ ਦੇਖੋ ਇਹਨਾਂ ਮੁਲਕਾਂ ਚ ਜੇ ਫਰ ਇੱਕਦਮ ਮੇਰੇ ਕੋਲ 50 ਜਾਂ 60 ਮੇਰੇ ਕੋਲ ਤਾਂ ਹੈ ਨੀ ਇੰਨਾ, ਪਰ ਜੇ ਮੈਂ ਫਰ ਇੱਕਦਮ 50-60 ਹਜ਼ਾਰ ਪਾਉਂਡ ਮੇਰੇ ਕੋਲ ਬੈਂਕ ਚ ਪਿਆ, ਰਾਈਟ, ਇਸ ਮੁਲਕ ਦੇ ਵਿੱਚ ਮੈਨੂੰ ਕੋਈ ਇੰਟਰਸਟ ਨਹੀਂ ਮਿਲਦਾ ਜੀ, ਹਾਂਜੀ ਜੀ, ਉੱਥੇ ਪੈਣੀ ਵੀ ਇੰਟਰਸਟ ਨਹੀਂ ਮਿਲਦਾ, ਠੀਕ ਨੇ। ਅਗਰ ਹਿੰਦੁਸਤਾਨ ਦੇ ਪੰਜਾਬ ਦੇ ਹਾਲਤ ਅੱਛੇ ਹੋਣ ਜੀ, ਮੈਂ ਇਹੀ 50-50 ਹਜ਼ਾਰ ਪਾਉਂਡ ਸਟੇਟ ਬੈਂਕ ਆਫ ਇੰਡੀਆ ਨੂੰ ਦੇ ਦਵਾਂ 5 ਸਾਲ ਵਾਸਤੇ, ਰਾਈਟ, ਉੱਥੇ ਮੈਨੂੰ ਘੱਟੋ ਘੱਟ 8-9% ਮੈਨੂੰ ਵਿਆਜ ਮਿਲ ਸਕਦਾ ਜੀ, ਯੂ ਨੋ ਜੀ ਜੀ। ਉਹਦੀ ਪ੍ਰੋਬਲਮ ਇਹ ਆ ਕਿ ਜਿਹੜੀ ਸਿਚੁਏਸ਼ਨ ਹੈ ਨਾ ਪੰਜਾਬ ਦੀ, ਸਿਕਿਉਰਿਟੀ ਏਜੰਟ ਤੁਹਾਡੇ ਸਾਹਮਣੇ ਹਰਕੀਤ ਸਿੰਘ, ਤੁਸੀਂ ਦੇਖ ਲਾ ਕਿ ਆਪਾਂ ਕੀ ਡਿਸਕਸ ਕਰ ਰਹੇ ਹਾਂ, ਕਿਸ ਤਰੀਕੇ ਦੀ ਖਿਚੜੀ ਉਸ ਮੁਲਕ ਚ ਜਾ ਰਹੀ ਹੈ, ਕਿਸ ਤਰ੍ਹਾਂ ਦੀ ਅਨਸਿਕਿਉਰਿਟੀ ਤੁਹਾਡੇ ਸਾਹਮਣੇ ਆ ਰਹੀ ਆ ਜੀ। ਇਹ ਜਿਹੜੇ ਹਾਲਤ ਆ, ਇਹ ਸਾਡੇ ਪੰਜਾਬੀਆਂ ਨੂੰ ਉੱਥੇ ਪੈਸਾ ਖਰਚਣ ਨਹੀਂ ਦਿੱਤਾ, ਅਸੀਂ ਤੇ ਪੰਜਾਬ ਨੂੰ ਬਿਸ਼ਤ ਬਣਾ ਦਿੰਦੇ ਫੜ ਕੇ ਜੀ, ਹਾਂ। ਪਰ ਜਿਹੜੀਆਂ ਸਾਡੀਆਂ ਕਮਜ਼ੋਰੀਆਂ, ਜਿਹੜੀਆਂ ਸਾਡੀ ਹੰਕਾਰ ਸਾਡੇ ਚ ਆ ਗਿਆ, ਜਿਹੜਾ ਜਿਹਨੂੰ ਧਰਮ ਨੇ ਸਾਨੂੰ ਹੈਵੀ ਕਰਤਾ, ਜਿਹਨੂੰ ਜਿਹੜੀ ਅਸੀਂ ਆਪੋ ਚ ਹੀ ਜਿਹਨੂੰ ਜੰਗ ਸ਼ੁਰੂ ਕਰ ਲਈ, ਉਹਨੇ ਸਾਨੂੰ ਬਹੁਤ ਪਿੱਛੇ ਪਾਤਾ ਔਰ ਇਹ ਪਿੱਛੇ ਪਤਾ ਨੀ ਕਦ ਮਤਲਬ ਅਸੀਂ ਉੱਠਾਂਗੇ। ਇਸ ਕਰਕੇ ਪੰਜਾਬੀ ਦਾ ਪੈਸਾ ਖਰਚਣਾ ਪੰਜਾਬ ਵਿੱਚ ਮੈਨੂੰ ਨੀ ਲੱਗਦਾ ਕੋਈ ਆਦਮੀ ਹੌਸਲਾ ਕਰੇਗਾ। ਇਨਫਰਾਸਟ੍ਰਕਚਰ ਹੈ ਨੀਗਾ ਜੀ, ਵਟ ਯੂ ਥਿੰਕ, ਸਿਕਿਉਰਿਟੀ ਹੈ ਨੀਗੀ, ਰਾਈਟ, ਇਹ ਚੀਜ਼ਾਂ ਜਿਹੜੀਆਂ, ਇੱਕੋ ਕੋਈ ਗਰੰਟੀ ਨਹੀਂ ਹੈਗੀ, ਮੌਸਮ ਵੀ ਇੰਨਾ ਸੂਟੇਬਲ ਨਹੀਂ ਹੈਗਾ। ਦੇਖੋ ਜਿਹੜੇ ਅਸੀਂ ਪੁਰਾਣੇ ਆ ਚੁੱਕੇ ਨਾ, ਅਸੀਂ ਤੇ ਹੁਣ ਯੂਨੋ ਟੂ ਬੀ ਓਨੈਸਟ, ਸਾਡੇ ਤਾਂ ਅਸੀਂ ਤਾਂ ਨਹੀਂ ਲਾ ਸਕਦੇ। ਜਿਹੜਾ ਯੰਗ ਜਨਰੇਸ਼ਨ ਆਇਆ ਉਹਦੇ ਕੋਲ ਐਡੀ ਵੱਡੀ ਹਿੰਮਤ ਨਹੀਂ ਹੈਗੀ, ਪਰ ਹੋ ਵੀ ਸਕਦੀ ਆ। ਪਰ ਗੱਲ ਇਹ ਆ ਕਿ ਪੁਰਾਣੇ ਵੀ ਅਸੀਂ ਖਰਚ ਸਕਦੇ ਹਾਂ। ਜੇ ਫਰ ਇੱਕਦਮ ਜਿੱਦਾਂ ਮਿਸਾਲ ਦਿੱਤੀ ਆ, ਮੈਨੂੰ ਮੇਰੇ ਇੱਕ ਦੋਸਤ ਸੀਗਾ, ਹੁਣ ਇਸ ਦੁਨੀਆਂ 'ਚ ਨਹੀਂ ਰਿਹਾ, ਉਹਨੇ ਮੈਨੂੰ ਕਿਹਾ ਹਰਭਜਨ ਜੇ ਤੂੰ ਪੈਸਾ ਇੰਡੀਆ 'ਚ ਰੱਖੇ ਤਾਂ ਤੈਨੂੰ 8-9% ਤੈਨੂੰ ਵਿਆਜ ਆ ਸਕਦਾ, ਤੂੰ ਜਦੋਂ ਇੱਥੋਂ ਤੂੰ ਸੋਚ ਕੇ ਦੇਗਾ। ਉਹਦੀ ਗੱਲ ਬੜੀ ਅੱਛੀ ਸੀਗੀ, ਹੋ ਸਕਦਾ ਮੈਂ ਅਸੀਂ ਵੀ ਲਾਇਆ ਪਿੰਡ ਜਿਹਨੂੰ ਮੁਲਕ ਦੇ ਵਿੱਚ ਪੈਸਾ ਲਾਇਆ, ਸਭ ਕੁਛ ਕੀਤਾ, ਪਰਿਵਾਰ ਨੂੰ ਤਾਂ ਚੱਕਿਆ, ਪਰ ਸਾਨੂੰ ਉੱਥੋਂ ਕੁਛ ਨਹੀਂ ਮਿਲਿਆ। ਮੈਂ ਤੇ ਇਹ ਆਦਤ ਆ, ਮੈਂ ਕਿਹਾ ਛੱਡੋ ਪਰ ਜਿਹੜੀ ਗੱਲ ਗਈ ਗਈ, ਮੈਂ ਜਿਹਨੂੰ ਮੈਂ ਉਹਦੀ ਬਹੁਤ ਹੀ ਛੱਡਤਾ, ਜਿਹਨੂੰ ਜੇ ਭਤੀਜਿਆਂ ਨੇ ਖਾ ਲਿਆ, ਭਰਾਵਾਂ ਨੇ ਖਾ ਲਿਆ, ਮੈਂ ਉਹਦਾ ਖਿਆਲ ਹੀ ਛੱਡਤਾ, ਕਿਉਂਕਿ ਮੈਨੂੰ ਪਰਮਾਤਮਾ ਨੇ ਰੋਟੀ ਦਿੱਤੀ ਆ, ਮੈਨੂੰ ਕੋਈ ਇਦਾਂ ਦੀ ਚਿੰਤਾ ਨਹੀਂ ਹੈਗੀ। ਪਰ ਬਹੁਤ ਸਾਰੇ ਲੋਕੀ ਦੁਖੀ ਹੋਏ, ਪੈਸਾ ਖਰਚ ਕੇ, ਕੋਠੀਆਂ ਪਈਆਂ, ਉੱਥੇ ਕਬੂਤਰ ਬੋਲਦੇ ਆ, ਜ਼ਮੀਨਾਂ ਲਈਆਂ, ਉਹ ਵਿਚਾਰਾ ਪੁੱਛਦੇ ਤੱਕ ਨਹੀਂ ਹੈਗਾ, ਉੱਥੇ ਜਾਂਦੇ ਆ, ਕੋਈ ਤੁਹਾਡੀ ਸਿਕਿਉਰਿਟੀ ਨਹੀਂ ਹੈਗੀ। ਚਲੋ ਇਹ ਚੀਜ਼ਾਂ ਜਿੰਨਾ ਚੱਕ ਸਾਡੇ ਚ ਜਿਹੜਾ ਸਾਡੇ ਜਿਹੜੇ ਭਰਾਵਾਂ ਚ ਜਿਹੜੀ ਫੁੱਟ ਪੈ ਚੁੱਕੀ ਆ, ਤੁਹਾਡੇ ਸਾਹਮਣੇ ਜੋ ਕੁਛ ਲੁਕਾਉਣ ਦੀ ਕੜੀ ਲੋਕ ਹੈ, ਜਿੰਨਾ ਚੱਕ ਇਹ ਚੀਜ਼ਾਂ ਸਾਡੇ ਪੰਜਾਬ ਵਿੱਚ ਹੋਣਗੀਆਂ, ਮੇਰਾ ਨਹੀਂ ਕੋਈ ਹੌਸਲਾ ਕਰੇਗਾ ਵੀ ਉੱਥੇ। ਮਤਲਬ ਕਹਿਣ ਦਾ ਭਾਵ ਹਰਭਜਨ ਸਿੰਘ ਜੀ, ਅੱਜ ਇੱਕ ਪਾਉਂਡ ਜਿਹੜਾ ਉਹ ਮੇਰੇ ਖਿਆਲ ਲਗਭਗ 92.50 ਹੋਇਆ ਪਿਆ,
ਤਾਂ ਇੰਨੇ ਪਾਊਂਡ ਹੋਣ ਤੋਂ ਬਾਵਜੂਦ ਵੀ ਤੁਹਾਨੂੰ ਲੱਗਦਾ ਕਿ ਇੰਡੀਆ ਦੇ ਵਿੱਚ ਪੈਸਾ ਲਾਉਣਾ ਇਨਸਿਕਿਉਰ ਆ, ਮਤਲਬ ਉੱਥੇ ਨਹੀਂ ਲਾਇਆ ਜਾ ਸਕਦਾ? ਪੈਸਾ ਇਨਸਿਕਿਉਰ ਨਹੀਂ ਹੈਗਾ, ਪਰ ਤੁਸੀਂ ਇਨਸਿਕਿਉਰ ਆ। ਜੀ 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 ਜੀ, ਪਤਾ ਨਹੀਂ ਕਿ ਪੈਸਾ ਮੁੜੇਗਾ ਕਿ ਨਹੀਂ ਮੁੜੇਗਾ। ਲਾਓਗੇ ਉੱਥੇ ਜਾਓਗੇ ਤਾਂ ਸਹੀ ਨਾ? ਜੀ ਜੀ ਜੀ, ਤੁਸੀਂ ਉਸ ਸਿਸਟਮ ਨਾਲ ਡੀਲ ਕਰੋਗੇ ਜੀ, ਉਹਦੇ ਵਿੱਚ ਵਿਚਰੋਗੇ ਜੀ, ਜੇ ਤੁਹਾਨੂੰ ਰਾਤ ਨੂੰ ਪਤਾ ਨਹੀਂ ਮੈਂ ਘਰ ਸੇਫ ਆਉਣਾ ਜਾਂ ਨਹੀਂ ਆਉਣਾ ਹੈਗਾ, ਤੇ ਹਾਊ ਕੈਨ ਯੂ ਡੂ ਦੈਟ? ਜੀ 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 ਜੀ, ਸਮਝ ਗਏ ਨਾ? ਬਿਜ਼ਨਸ, ਜਿਹੜਾ ਬਿਜ਼ਨਸਮੈਨ ਹੈ ਉਹ ਤਾਂ ਮੰਨਿਆ, ਜਿਹੜਾ ਸਧਾਰਨ ਆਦਮੀ ਹੈ, ਮੈਂ ਜਿੱਦਾਂ ਮਿਸਾਲ ਦਿੱਤੀ ਆ, ਬਹੁਤ ਲੋਕਾਂ ਕੋਲ ਪੈਸਾ ਪਿਆ ਇਸ ਮੁਲਕ ਦੇ ਵਿੱਚ, ਇੱਕ ਵੀ ਸਾਨੂੰ ਚੋਂ ਪੈਣੀ ਵਿਆਜ ਨਹੀਂ ਆਉਂਦਾ। ਅੱਜ ਤੋਂ 15-20 ਸਾਲ ਪਹਿਲਾਂ ਵਿਆਜ ਆਉਂਦਾ ਸੀਗਾ, ਬੜੀ ਖੁਸ਼ੀ ਸੀ, ਕੋਈ ਪ੍ਰੋਬਲਮ ਨਹੀਂ ਸੀਗੀ, ਲੇਕਿਨ ਹੁਣ ਸਿਸਟਮ ਇਹ ਕਰਤਾ, ਇਹ ਗੌਰਮੈਂਟ ਬੜੇ ਜਿਹੜਾ ਕੈਪੀਟਲਿਸਟ ਸਿਸਟਮ ਹੈ ਨਾ, ਇਹ ਬਹੁਤ ਕਲੈਵਰ ਹੈ। ਉਹਨਾਂ ਨੂੰ ਪਤਾ ਵੀ ਜਿਹੜੇ ਜਿਹੜੇ ਬਜ਼ੁਰਗ ਲੋਕ ਆ ਉਹਨਾਂ ਕੋਲ ਪੈਸੇ ਆ, ਉਹਨਾਂ ਨੂੰ ਬੈਂਕ 'ਚ ਰੱਖਣੇ ਆ, ਉਹਦਾ ਕੋਈ ਵਿਆਜ ਨਹੀਂ ਗਾ, ਸਮਝੇ ਨਾ? ਉਹਨਾਂ ਨੂੰ ਕੋਈ ਪੈਸਾ ਨਹੀਂ, ਰਿਟਰਨ ਨਹੀਂ ਮਿਲਦਾ। ਇੰਡੀਆ ਤੁਹਾਨੂੰ ਵਿਆਜ ਮਿਲਦਾ ਕੌਣ ਲੈ ਰਿਹਾ? ਜਿਨ੍ਹਾਂ ਨੂੰ ਮਤਲਬ ਜਿਹਨਾਂ ਬਿਨਾਂ ਇੰਟਰਸਟ, ਚੀਪ ਇੰਟਰਸਟ ਤੇ ਜਿਹਨੇ ਯੰਗਸਟਰ ਨੂੰ ਘਰ ਮੋਰਗੇਜ ਮਿਲ ਰਹੀ ਆ, ਉਹਦਾ ਬੈਨੀਫਿਟ ਉਹ ਲਈ ਜਾ ਰਿਹਾ ਗਿਆ, ਠੀਕ ਨੇ? ਜਿਹੜਾ 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 ਪੈਨਸ਼ਨਰ ਆ, ਜਿਹੜੇ ਸਾਡੇ ਵਰਗੇ ਬਜ਼ੁਰਗ ਹੋ ਚੁੱਕੇ ਆ, ਚਾਰ ਪੈਸੇ ਬੈਂਕ 'ਚ ਰੱਖੇ ਆ, ਸਾਨੂੰ ਉਹਦੀ ਕੋਈ ਰਿਟਰਨ ਨਹੀਂ ਮਿਲ ਰਹੀ, ਰਿਟਰਨ ਨਹੀਂ ਮਿਲ ਰਿਹਾ। ਉਹਦਾ ਬੈਨੀਫਿਟ ਕੌਣ ਲੈ ਰਿਹਾ? ਉਹਦਾ ਯੰਗਸਟਰ ਲੈ ਰਿਹਾ ਹੈਗਾ, ਉਹਨੂੰ ਫ੍ਰੀ ਮੋਰਗੇਜ ਮਿਲ ਰਹੀ ਹੈਗੀ ਆ, ਸਮਝ ਗਏ ਨਾ? ਸੋ ਇਹ ਵਿਸ਼ੀਅਸ ਸਰਕਲ ਆ ਜੀ, ਯੂ ਨੋ, ਇਸ ਕਰਕੇ ਦੂਸਰੀ ਇਸ ਕਰਕੇ ਮੇਰਾ ਕਹਿਣ ਦਾ ਮਤਲਬ ਹੈ, ਸਾਨੂੰ ਇੱਥੇ ਕੁਛ ਨਹੀਂ ਮਿਲਦਾ ਜਿਹੜੇ ਪੈਸੇ ਬੈਂਕਾਂ 'ਚ ਪਏ ਆ, ਲੇਕਿਨ ਇਹੀ ਪੈਸਾ ਮੈਂ ਕਹਿੰਦਾ, ਮੈਂ 50,000 ਪਾਉਂਡ ਬੈਂਕ 'ਚ ਉੱਥੇ ਰੱਖਦਾ ਤੇ ਮੈਨੂੰ ਸਾਲ ਦੇ ਵਿੱਚ ਜੇ 8-7% ਵੀ ਮੈਨੂੰ ਵਿਆਜ ਆਉਂਦਾ ਤੇ ਮੇਰਾ ਖਿਆਲ ਹੈ ਕਿ ਮੈਂ ਚੰਗੇ ਭਲੇ ਪੈਸੇ ਮੈਨੂੰ ਰਿਟਰਨ ਮਿਲ ਸਕਦੀ ਆ ਜੀ ਜੀ, ਪਰ ਉੱਥੇ ਸਿਕਿਉਰਿਟੀ ਹੈ ਨਹੀਂ, ਅਸੀਂ ਜਾ ਨਹੀਂ ਸਕਦੇ। ਯੂ ਨੋ, ਤੁਸੀਂ ਕਹਿੰਦੇ ਅਸੀਂ ਪੁਰਾਣੇ ਲੋਕ ਆ, ਯੂ ਨੋ, ਸਾਨੂੰ ਤਾਂ ਉੱਥੇ ਅਸੀਂ ਦਵਾਈ ਤੇ ਲੱਗੇ ਲੋਕ ਆ, ਸਾਰੀਆਂ ਦਵਾਈਆਂ ਮੁੱਕ ਜਾਣੀਆਂ ਉੱਥੇ ਪਹਿਲਾਂ 2 ਮਹੀਨੇ ਤੋਂ ਬਾਅਦ, ਯੂ ਨੋ, ਸਿੱਧੀ ਗੱਲ ਹੈ, ਤੁਹਾਨੂੰ ਭੱਜ ਕੇ ਇੱਥੇ ਆਉਣਾ ਪੈਂਦਾ। ਤੁਸੀਂ ਕਹਿੰਦੇ ਸਾਡੇ ਬੱਚਿਆਂ ਦੇ ਇਨਵੋਲਵ ਆ, ਸਾਡੇ ਵਾਸਤੇ ਈਵਨ ਯੂ ਥਿੰਕ ਕਿ ਜਿਹੜੀ ਮੈਡੀਕਲ ਫੈਸਿਲਿਟੀਜ਼ ਨੇ, ਜਿਹੜੀ ਮੈਡੀਕਲ ਫੈਸਿਲਿਟੀਜ਼ ਨੇ, ਉਹ ਇਸ ਮੁਲਕ ਦੇ ਵਿੱਚ ਜ਼ਿਆਦਾ ਵਧੀਆ ਹੈਗੀ ਆ, ਇੰਡੀਆ ਦੇ ਵਿੱਚ ਨਹੀਂ ਹੈਗੀ? ਨਾ ਨਾ, ਉੱਥੇ ਤਾਂ ਤੁਸੀਂ ਉੱਥੇ ਤਾਂ ਮੈਂ ਤਾਂ ਰੱਬ ਦਾ ਵਾਸਤਾ ਕਹਿੰਦਾ ਕੋਈ ਬਿਮਾਰ ਨਾ ਉੱਥੇ ਹੋਵੇ, ਯੂ ਨੋ, ਮੈਂ ਤਾਂ ਦੁਸ਼ਮਣ ਵੀ ਉੱਥੇ ਬਿਮਾਰ ਨਾ ਹੋਵੇ, ਸੱਚੀ ਦੀ ਗੱਲ ਆ, ਯੂ ਨੋ, ਇਸ ਕਰਕੇ ਨਹੀਂ, ਯੂ ਨੋ, ਮੇਰਾ ਖਿਆਲ ਹੈ ਕਿ ਹਾਲ ਤਾਂ ਠੀਕ ਨਹੀਂ ਗੇ, ਸਿਕਿਉਰਿਟੀ ਹੈ ਨੀ ਗੀ, ਤੁਸੀਂ ਯੂ ਨੋ, ਸਿਸਟਮ ਨੀ ਠੀਕ ਹੈਗਾ, ਜਿਹੜੀ ਜਿਹੜਾ ਸਿਸਟਮ ਹੈ ਉਹ ਡਿਸਆਨੈਸਟ ਸਿਸਟਮ ਆ, ਹਰ ਇੱਕ ਆਦਮੀ ਤੁਹਾਨੂੰ ਲੁੱਟਣਾ ਹੀ ਚਾਹੁੰਦਾ, ਯੂ ਨੋ, ਉਹਨੂੰ ਪਤਾ ਇਹ ਕੁਛ ਆਦਮੀ ਕਰ ਨਹੀਂ ਸਕਦਾ, ਇਹ 2-4 ਦਿਨ ਹੈਗਾ, ਇਹਨੂੰ ਜੋ ਮਰਜ਼ੀ ਕਰ ਲਓ, ਸਾਡੇ ਭੈਣਾਂ ਭਰਾਵਾਂ ਨੇ ਸਾਨੂੰ ਕੀਤਾ, ਉਹਨੇ ਸਾਡਾ ਸਭ ਕੁਛ ਲੈ ਲਿਆ, ਉਹ ਕਹਿੰਦੇ ਕੁਛ ਕਰੇ ਨੀ ਸਾਡਾ, ਸਾਡਾ ਕੀ ਵਿਗਾੜ ਲੂਗਾ, ਸਹੀ ਗੱਲ ਹੈ, ਬਾਕੀ ਸਿਸਟਮ ਵੀ ਇੱਦਾਂ ਸਾਨੂੰ ਕਰੇਗਾ, ਜੇ ਨਹੀਂ ਖਿਆਲ ਕੋਈ ਪੈਸਾ ਉੱਥੇ ਖਰਚੇਗਾ, ਜਿਹੜੀਆਂ ਕਨਵੈਨਸ਼ਨ ਜਿੰਨੀਆਂ ਮਰਜ਼ੀ ਤੁਸੀਂ ਕਰ ਲਓ, ਆਈ ਡੋਨਟ ਥਿੰਕ ਇਟਸ ਗੋਇੰ ਟੂ ਹੈਪਨ। ਓਕੇ ਸਰ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹਰਭਜਨ ਸਿੰਘ ਜੀ ਫਾਰ ਯੋਰ ਵੈਲਿਊਬਲ ਫੀਡਬੈਕ ਐਂਡ ਫਾਰ ਯੋਰ ਸੁਜੈਸ਼ਨਸ। ਨਵੀਨ ਜੀ, ਵਟ ਯੂ ਥਿੰਕ, ਵਾਈ ਦੀ NRIs ਹੈਵ ਸੋ ਮਚ ਆਫ ਯੂ ਨੋ ਅਗਰੈਸਿਵ ਥਿੰਗਸ, ਕਿਉਂ ਉਹਨਾਂ ਨੂੰ ਰੋਸ਼ ਹੈਗਾ ਇੰਨਾ ਫੋਰ ਗਵਰਨਮੈਂਟ ਇੰਡੀਆ ਦੇ ਲਈ? ਦੇਖੋ, ਇੱਕ ਮੈਂਟੈਲਿਟੀ ਹੈ NRIs ਨੂੰ, ਸਭ ਲੋਕ ਇਹ ਸਮਝਦੇ ਵੀ ਇਹਨਾਂ ਕੋਲ ਪੈਸਾ ਬੜਾ, ਇੱਕ ਦੁੱਧ ਦੇਣ ਵਾਲੀ ਗਾਂ ਜਿਸ ਤਰ੍ਹਾਂ ਹੁੰਦਾ ਨਾ, ਉਸ ਤਰ੍ਹਾਂ ਸਮਝਦੇ। ਹੁਣ ਇਹਨਾਂ ਦੀ ਲੁੱਟਮਾਰ ਦਾ ਸਿਲਸਿਲਾ ਕਿੱਥੋਂ ਏਅਰਪੋਰਟ ਤੋਂ ਟੈਕਸੀ ਲੈਂਦੇ ਨੇ, ਉੱਥੋਂ ਸ਼ੁਰੂ ਹੋ ਜਾਂਦਾ, ਉਸ ਤੋਂ ਬਾਅਦ ਮੁਰਥਲ ਜਾਣਗੇ, ਮੁਰਥਲ ਤੋਂ ਉੱਥੋਂ ਸ਼ੁਰੂ ਹੋ ਜਾਏਗਾ, ਢਾਬੇ ਵਾਲਿਆਂ ਨੂੰ ਲੱਗੇਗਾ ਹਾਂਜੀ ਅਮਰੀਕਾ ਇੰਗਲੈਂਡ ਤੋਂ ਆਇਆ, ਤਾਂ ਹੀ ਵਿਲ ਟ੍ਰੀਟ ਦੈਮ ਇਨ ਅ ਡਿਫਰੈਂਟ ਵੇ। ਸੈਕਿੰਡ, ਜਦੋਂ ਆਪਣੇ ਪਿੰਡ ਜਾਣਗੇ, ਆਪਣੇ ਘਰ ਜਾਣਗੇ, ਉਦੋਂ ਆਸ ਪੜੋਸ ਦੇ ਜਿਹੜੇ ਫਰੈਂਡਸ ਹੋਣਗੇ, ਸੋਚੋ, ਮੈਂ ਨਹੀਂ ਕਹਿੰਦਾ ਸਾਰੇ ਮਾੜੇ ਹੁੰਦੇ ਆ, ਬਟ ਇਹ ਖੂਨ ਦੇ ਰਿਸ਼ਤੇ ਅਸੀਂ ਦੇਖੇ ਨੇ, ਕਈ ਸਾਰੇ ਐਸੇ ਕੇਸਿਸ ਆਏ ਨੇ ਜਿੱਥੇ ਸਗੇ ਭਰਾ ਨੇ ਪ੍ਰੋਪਰਟੀ 'ਤੇ ਕਬਜ਼ਾ ਕਰ ਲਿਆ, ਸਗੇ ਭਰਾ ਨੇ ਫੇਕ ਪੇਪਰ ਦੇ ਕੇ ਪਟਵਾਰੀ ਨੂੰ ਪੈਸੇ ਦੇ ਕੇ ਫੇਕ ਆਪਣੇ ਰਜਿਸਟਰੀਆਂ ਕਰਾ ਕੇ ਅਤੇ ਆਪਣੇ ਭਰਾਵਾਂ ਨੂੰ ਲੁੱਟ ਲਿਆ। ਕਈ ਐਸੇ NRI ਭਰਾ ਸਾਡੇ ਬੈਠੇ ਹੋਣਗੇ ਜਿਨ੍ਹਾਂ ਦੇ ਦਿਲ ਵਿੱਚ ਅਜਿਹਾ ਦਰਦ ਹੋਏਗਾ ਕਿ ਇਹਨਾਂ ਨੂੰ ਆਪਣਿਆਂ ਨਹੀਂ, ਅਸੀਂ ਤਾਂ ਅਸੀਂ ਕਰ ਦਿੱਤੀ ਉਹਨਾਂ ਦੀ। ਦੂਸਰੀ ਗੱਲ ਹੈ ਵੈ, ਜਦੋਂ ਅਸੀਂ ਇਨਵੈਸਟਮੈਂਟ ਦੀ ਗੱਲ ਕਰਦੇ ਹਾਂ, ਹੁਣ ਜੇ ਦੁੱਧ ਦੇਣ ਵਾਲੀ ਗਾਂ ਵਾਲੀ ਗੱਲ ਹੈ ਕਿ NRIs ਕਹਿੰਦੇ ਨੇ ਕਿ ਜਦੋਂ ਸਾਡੀ ਲੋੜ ਹੁੰਦੀ ਹੈ, ਇਨਵੈਸਟਮੈਂਟ ਦੀ ਲੋੜ ਹੁੰਦੀ ਹੈ, ਤਦ ਤਾਂ ਸਾਨੂੰ ਯਾਦ ਕਰਦੇ ਹੋ, ਤਦ ਤੁਸੀਂ ਕਨਵੈਨਸ਼ਨਾਂ ਵੀ ਕਰਾਉਂਦੇ ਹੋ, 5-star ਹੋਟਲਾਂ 'ਚ 3-3 ਦਿਨ ਬਿਠਾ ਕੇ ਸਾਨੂੰ ਰੱਖਦੇ ਹੋ, ਹੁੰਦਾ ਜਾਂਦਾ ਕੁਛ ਨਹੀਂ ਜੇ। ਇਹ ਮੰਨ ਕੇ ਚੱਲੋ, ਜਿੰਨੀਆਂ ਵੀ ਪੋਲੀਟੀਕਲ ਸਰਕਾਰਾਂ ਆਉਂਦੀਆਂ ਨੇ, ਹਰਿਆਣਾ ਹੋਏ, ਪੰਜਾਬ ਹੋਏ, ਆਈ ਐਮ ਨੋਟ ਪੁਆਇੰਟਿੰਗ ਐਨੀ ਸਟੇਟ, ਪਰ ਇੱਥੇ ਦੀਆਂ ਜਿਹੜੀਆਂ ਸਰਕਾਰਾਂ ਨੇ, ਰਾਜ ਸਰਕਾਰਾਂ, ਉਹ ਆਪਣੇ ਨੰਬਰ ਬਣਾਉਣ ਵਾਸਤੇ NRIs ਨੂੰ ਵੂ ਕਰਦੀਆਂ, ਸਿਰਫ ਆਪਣੀ ਪੋਲੀਟੀਕਲ, ਆਪਣੀ ਮਾਈਲੇਜ ਲੈਣ ਵਾਸਤੇ ਕਿ ਅਸੀਂ ਇੱਥੇ ਗਏ, ਅਸੀਂ 1,00,000 ਕਰੋੜ ਦੀ ਇਨਵੈਸਟਮੈਂਟ ਲਿਆਏ, ਅਸੀਂ ਅਮਰੀਕਾ ਗਏ, 2,00,000 ਕਰੋੜ, ਹੁਣ ਹਰਿਆਣਾ ਦੇ CM ਗਏ ਸੀਗੇ, 2,00,000 ਕਰੋੜ ਕੀ ਇਨਵੈਸਟਮੈਂਟ ਆਈ। ਮੈਂ ਪੁੱਛਣਾ ਚਾਹੁੰਦਾ, ਅੱਜ 1 ਰੁਪਿਆ ਨਹੀਂ ਲੱਗਿਆ ਹੋਣਾ ਹਰਿਆਣਾ ਦੇ ਵਿੱਚ, ਮਤਲਬ ਇਹਦਾ ਇੱਕ ਮਾਹੌਲ ਬਣਾਇਆ ਜਾਂਦਾ, ਇਮੋਸ਼ਨਲ ਫੈਕਟਰਸ, ਔਰ ਦੂਸਰਾ ਇੱਕ NRIs ਨੂੰ ਕਹਿਣਗੇ ਆਓ ਜੀ ਇਨਵੈਸਟ ਕਰੋ, ਫੈਸਿਲਿਟੀ 1 ਦਿਨ ਦੇਣੀ, ਹੈਰੈਸਮੈਂਟ ਉਹਨਾਂ ਦੀ ਹਰ ਲੈਵਲ 'ਤੇ ਹੋਏਗੀ, ਹਰ ਅਫਸਰ, ਹਰ ਪਟਵਾਰੀ ਉਹਨਾਂ ਨੂੰ ਲੁੱਟਣ ਦੇ ਚੱਕਰ 'ਚ ਬੈਠਾ। ਤੋ ਜਿਹੜੀ ਪੰਜਾਬ ਪੁਲਿਸ ਨੇ NRI ਸੈੱਲ ਬਣਾਇਆ, NRI ਹੈਲਪਲਾਈਨ ਵੀ ਬਣਾਈ ਹੈ, ਉਹ ਮੈਨੂੰ ਨਹੀਂ ਲੱਗਦਾ ਕਿ ਇਟ ਵਿਲ ਵੈਰੀ ਯੂਸਫੁਲ, ਇਹਦੇ ਨਾਲ ਵੀ ਲੋਕਾਂ ਨੂੰ ਕਈ ਕੰਪਲੇਂਟਸ ਹੈਗੀਆਂ। ਠੀਕ ਹੈ, ਮੇਰੇ ਨਾਲ ਕਾਲਰ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਰ,
ਜੀ ਜੀ ਇੰਗਲੈਂਡ ਤੋਂ ਮੈਂ ਬੋਲਦਾ ਜੀ ਬਰਮਿੰਘਮ ਤੋਂ ਜੀ ਜੀ 15 ਸਾਲ ਹੋ ਗਏ ਸੜਕ ਦੇ ਵਿੱਚ ਇਹਦੀ ਸਾਡਾ ਇੱਥੇ ਜ਼ਮੀਨ ਲੈ ਲਈ ਜੀ ਕਿਸੇ ਵੀ ਕਿਸਾਨ ਨੂੰ ਅਜੇ ਤੱਕ ਮੇਰੇ ਸਾਹਮਣਾ ਜਲੰਧਰ ਤੋਂ ਲਾ ਕੇ ਦਸੂਹੇ ਮਕੇਰੀਆਂ ਤੱਕ ਕਿਸੇ ਨੂੰ ਵੀ ਕੋਈ ਪੈਸਾ ਨਹੀਂ ਦਿੱਤਾ ਅੱਛਾ ਜੀ ਤੁਹਾਡਾ ਕਿਹੜਾ ਪਿੰਡ ਪੈਂਦਾ ਜੀ ਢੱਡਾ ਸਨੋਰਾ ਜੀ ਠੀਕ ਹੈ ਬਲਰਾਜ ਸਿੰਘ ਮੇਰਾ ਨਾਂ ਆ ਜੀ ਤੇ ਹੋਰ ਵੀ ਬਹੁਤ ਗਰੀਬ ਕਿਸਾਨ ਆ ਜਿਹੜੇ ਬੰਦੇ ਜਿਹਨਾਂ ਕੋ ਪੈਸੇ ਬੈਂਕਾਂ ਨੂੰ ਦੇਣੇ ਉਹਨੀ ਕਰਜ਼ਾ ਕੋਲ ਜੇ ਉਹਨਾਂ ਨੂੰ ਵੀ ਉਹ ਦਿੱਤੇ ਜਾਣ ਤੇ ਬੰਦੇ ਬੰਦੇ ਉਹ ਆਪਣਾ ਕਰਜ਼ਾ ਹੀ ਉਤਾਰ ਲੈਣ ਹਾਂਜੀ ਇਹ ਕਹਿੰਦੇ ਆ ਜੀ ਅਸੀਂ ਬਹੁਤ ਕਰਦੇ ਕਿਸਾਨਾਂ ਅਸੀਂ ਬਹੁਤ ਇਹ ਨੀ ਕੱਖ ਵੀ ਕਰਦੇ ਇਹ ਤਾਂ ਲੁੱਟ ਕੇ ਖਾਂਦੇ ਆ ਕੋਈ ਸਰਕਾਰ ਆ ਜਾਵੇ ਚਾਹੇ ਕਾਂਗਰਸ ਦੀ ਆਵੇ ਚਾਹੇ ਅਕਾਲੀਆਂ ਦੀ ਛੋਟੇ ਵੀਰ ਇਹ ਕਰਦੇ ਹੇਰਾ ਫੇਰ ਜੀ 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 ਸਨੋਰਾ ਪਿੰਡ ਹੈ ਜਲੰਧਰ ਤੋਂ ਤੁਹਾਡੀ ਜਿਹੜੀ ਜ਼ਮੀਨ ਹੈਗੀ ਹੈ ਤੁਸੀਂ ਮੈਨੂੰ ਮੇਲ ਵੀ ਕਰ ਸਕਦੇ ਹੋ info@jasbroadcasting.com harkeerat@jasbroadcasting.com ਜਿਹੜੀ ਟੀਮ ਸਾਡੀ ਚੰਡੀਗੜ੍ਹ ਦੇ ਵਿੱਚ ਹੈ ਤੁਸੀਂ ਨੋਟ ਕਰ ਲਿਓ ਆਪਣੇ ਪੈਨ ਐਂਡ ਪੇਪਰ ਤੇ ਲਿਖ ਲਓ harkeerat@jasbroadcasting.com ਦੇ ਉੱਤੇ ਸਾਡੀ ਜਿਹੜੀ ਟੀਮ ਹੈਗੀ ਹੈ ਇੰਡੀਆ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਉੱਤੇ ਅਥੈਂਟੀਕੇਟ ਕਰਕੇ ਜਿਹੜੇ ਉੱਥੇ ਮੌਕੇ 'ਤੇ ਮੌਜੂਦ ਜਿਹੜੇ DSP ਨੇ ਜਾਂ ਫਿਰ SSP ਨੇ ਤੁਹਾਡੇ ਜ਼ਿਲ੍ਹੇ ਦੇ ਉਹਨਾਂ ਤੋਂ ਇਸ ਮੁਤਲਕ ਜਵਾਬ ਦਿੱਤਾ ਜਾਏ ਔਰ ਤੁਹਾਨੂੰ ਅਸੀਂ ਫੀਡਬੈਕ ਜ਼ਰੂਰ ਭੇਜਾਂਗੇ ਸਾਡੀ ਟੀਮ ਜ਼ਰੂਰ ਕੋਸ਼ਿਸ਼ ਕਰੇਗੀ ਕਿ ਇਸ ਉੱਤੇ ਰਿਸਰਚ ਕਰਕੇ ਤੁਹਾਨੂੰ ਜਵਾਬ ਅਸੀਂ ਵਾਪਸ ਭੇਜੀਏ ਫਿਲਹਾਲ ਇੱਕ ਨਿੱਕੇ ਜਿਹੇ ਵਕਫੇ ਲਈ ਮੈਂ ਰੁਕ ਰਿਹਾ ਵਕਫੇ ਤੋਂ ਬਾਅਦ ਜਦ ਮੈਂ ਆਵਾਂਗਾ ਅਸੀਂ ਜਾਰੀ ਰੱਖਾਂਗੇ ਆਪਣਾ ਵਿਚਾਰ ਵਟਾਂਦਰਾ ਅੱਜ ਇਸ ਮੁੱਦੇ ਦੇ ਉੱਤੇ